ਗੁਰਦਾਸਪੁਰ ਦੇ ਵਿੱਚ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਦੱਸ ਦਈਏ ਕਿ ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਇਹ ਕਾਨੂੰਨ ਕਾਲੇ ਕਾਨੂੰਨ ਨੇ, ਜਿਸ ਦੇ ਚੱਲਦੇ ਹੀ ਉਹਨਾਂ ਦੇ ਵੱਲੋਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ 15 ਅਗਸਤ ਨੂੰ ਟਰੈਕਟਰ ਮਾਰਚ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਬੇਸ਼ੱਕ ਮੋਦੀ ਸਰਕਾਰ ਦੇ ਵੱਲੋਂ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਿਆ ਗਿਆ ਹੋਵੇ, ਪਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਗਈਆਂ ਨੇ, ਜਿਨ੍ਹਾਂ ਦੇ ਕਾਰਨ ਹੀ ਕਿਸਾਨਾਂ ਦੇ ਵੱਲੋਂ ਜਿੱਥੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾ ਰਹੀਆਂ ਨੇ। ਗੁਰਦਾਸਪੁਰ ਦੇ ਕਾਨੂੰਨਵਾਨ ਤੋਂ ਅੱਜ ਦੀ ਆਵਾਜ਼ ਦੇ ਰਹੀ ਲਖਵਿੰਦਰ ਜਾਗੋਵਾਲ ਦੀ ਰਿਪੋਰਟ। ਮੈਂ ਹਰਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ, ਪਿਛਲੇ ਦਿਨੀ ਆਪਾਂ 1 ਤਰੀਕ ਨੂੰ 1 ਅਗਸਤ ਨੂੰ ਆਪਾਂ ਇੱਥੇ ਪੁਤਲਾ ਕਰਕੇ ਜਹਾਜ਼ ਵਾਲੇ ਚੌਂਕ ਦੇ ਵਿੱਚ, ਉਹਦੀ ਵਜ੍ਹਾ ਇਹ ਕਿ ਜਿਹੜਾ ਛੁਪਕਰ ਨੂੰ ਗੋਲੀ ਮਾਰ ਕੇ ਮਾਰਿਆ ਗਿਆ, ਅਤੇ ਜਿਹੜੇ ਹਰਿਆਣਾ ਸਰਕਾਰ ਨੇ 6 ਅਧਿਕਾਰੀਆਂ ਦੇ ਜਿਹੜੇ ਆ ਸਨਮਾਨ ਦੇਣ ਵਾਸਤੇ ਰਾਸ਼ਟਰਪਤੀ ਨੂੰ ਜਿਹੜਾ ਸਿਫਾਰਿਸ਼ ਕੀਤੀ ਆ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਉਹਦੇ ਰੋਸ ਵਜੋਂ ਆਪਾਂ 1 ਅਗਸਤ ਨੂੰ ਇੱਥੇ ਪੁਤਲਾ ਫੂਕ ਕੇ ਗਏ ਹਾਂ। ਅੱਜ ਵੀ ਉਸੇ ਰੋਸ ਦੇ ਵਿੱਚ ਹੀ ਅਤੇ 3 ਫੌਜਦਾਰੀ ਕਾਨੂੰਨ ਜਿਹੜੇ ਆ ਉਹ ਦੇਸ਼ ਦੇ ਉੱਤੇ ਥੋਪੇ ਆ, ਜਿਹਦਾ ਕਿ ਲੋਕਤੰਤਰ ਤੋਂ ਜਿਹੜਾ ਵਾ ਉਹ ਗੁੰਡਾ ਰਾਜ ਕਰਕੇ ਉਹਨੂੰ ਮਿੱਟੀ 'ਚ ਰੋਲ ਕੇ ਅਤੇ ਜਿਹੜਾ ਕਾਨੂੰਨ ਜਿਹੜੇ ਉਹ ਲਾਗੂ ਕੀਤੇ ਗਏ ਆ। ਅੱਜ 6 ਅਧਿਕਾਰੀਆਂ ਨੂੰ ਜਿਹੜਾ ਅਵਾਰਡ ਦੇਣਾ ਸੀਗਾ ਉਹ ਜਥੇਬੰਦੀ ਨੇ ਪ੍ਰੋਟੈਸਟ ਦੇ ਕਰਕੇ ਜਿਹੜਾ ਉਹ ਰੋਕਿਆ, ਕਿਉਂਕਿ ਸਰਕਾਰ ਬਦਨਾਮ ਹੁੰਦੀ ਆ। ਇਹਨਾਂ ਨੇ ਸਿਫਾਰਿਸ਼ ਕੀਤੀ ਕਿ 6 ਅਧਿਕਾਰੀਆਂ ਨੂੰ ਰਾਸ਼ਟਰਪਤੀ ਅਵਾਰਡ ਦੇਣਾ ਕਿ ਬਹੁਤ ਚੰਗਾ ਕੰਮ ਕੀਤਾ। ਅਸੀਂ ਸੁਣਿਆ ਸੀ ਕਿ ਦੇਸ਼ ਦੀਆਂ ਫੌਜਾਂ ਜਦੋਂ ਦੂਜੇ ਦੇਸ਼ ਦੀਆਂ ਫੌਜਾਂ ਨਾਲ ਲੜਦੀਆਂ ਅਤੇ ਉਹ ਬਹਾਦਰੀ ਕਰਦੀਆਂ ਤਾਂ ਉਹਨਾਂ ਨੂੰ ਜਿਹੜੇ ਆ ਅਵਾਰਡਾਂ ਦੇ ਨਾਲ ਨਵਾਜਿਆ ਜਾਂਦਾ ਵਾ, ਮੈਡਲਾਂ ਨਾਲ ਨਵਾਜਿਆ ਜਾਂਦਾ। ਪਰ ਇੱਥੇ ਵੇਖੋ ਲੋਕਤੰਤਰ ਦਾ ਘਾਲ ਕਰਕੇ ਦੇਸ਼ ਦੀਆਂ ਸਰਕਾਰਾਂ ਨਿਹੱਥੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਨੁਕਸਾਨ ਕਰਕੇ ਗੋਲੀ ਸਿੱਕਾ ਚਲਾ ਕੇ ਜਿਹੜਾ ਬੰਬ ਸੁੱਟੇ ਗਏ ਸਾਡੇ ਉੱਤੇ, ਅਥਰੂ ਗੈਸ ਦੇ ਹੋਰ ਰਸਾਇਣਿਕ ਗੈਸਾਂ ਦੇ ਜਿਹੜੀਆਂ ਦੁਸ਼ਮਣ ਦੀਆਂ ਫੌਜਾਂ ਦੇ ਸੁੱਟਿਆ ਜਾਂਦਾ ਕਿ ਸਾਡੇ ਦੇ ਸੁੱਟ ਕੇ ਅਤੇ ਖਾਲੀ ਹੱਥ ਕਿਸਾਨਾਂ ਮਜ਼ਦੂਰਾਂ ਨੂੰ ਜ਼ਖਮੀ ਕੀਤਾ, ਕਈਆਂ ਦੀਆਂ ਅੱਖਾਂ ਬਰਬਾਦ ਹੋ ਗਈਆਂ, ਕਈਆਂ ਦੇ ਅੱਗ ਕੱਟੇ ਗਏ ਆ, ਅਤੇ ਉਹਨਾਂ ਜਿਹੜੇ ਅਧਿਕਾਰੀਆਂ ਨੂੰ ਅਵਾਰਡ ਦੇਣਾ ਇੱਕ ਲੋਕਤੰਤਰ ਦਾ ਘਾਣ ਆ ਅਤੇ ਲੋਕਾਂ ਨੂੰ ਦੱਬਿਆ ਕੁਚਲਿਆ ਜਾ ਰਿਹਾ ਅਤੇ ਅੰਨੇਵਾਹ ਜਿਹੜੇ ਦੇਸ਼ 'ਚ ਕਾਨੂੰਨ ਜਿਹੜੇ ਆ ਉਹ ਲਾਗੂ ਹੋ ਰਹੇ ਆ। ਇਹਦੇ ਨਾਲ ਹੀ ਸਾਡੀਆਂ 23 ਫਸਲਾਂ ਦੀ MSP ਦੀ ਮੰਗ ਆ, ਜਿਹੜਾ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਵਾ ਉਹ ਮਾਫ ਆਵੇ, ਭਾਰਤ WTO 'ਚੋਂ ਵਾਪਸ ਆਵੇ, ਜਿਹਦੇ ਸਾਡੇ ਮੰਗ ਮਸਲੇ ਆ ਭਾਰਤ ਮਾਲਾ ਯੋਜਨਾ ਤਹਿਤ ਜਿਹੜੇ ਰੋਡ ਨਿਕਲ ਰਹੇ ਆ, ਸਰਕਾਰਾਂ ਰੌਲਾ ਪਾਉਂਦੀਆਂ ਕਿ ਕਿਸਾਨ ਜਿਹੜੇ ਆ ਉਹਨਾਂ ਦਾ ਕਬਜ਼ਾ ਨਹੀਂ ਲੈਣ ਦਿੰਦੇ। ਅਸੀਂ ਕਹਿੰਦੇ ਵੀ ਉਹਨਾਂ ਦਾ ਜਿਹੜਾ ਰੇਟ ਵਾ ਉਹ ਵਾਜਬ ਦਿੱਤਾ ਜਾਵੇ, ਕਿਸਾਨ ਨੂੰ ਆਪਣੀ ਜ਼ਮੀਨ ਦਾ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਜਿਹੜੀ ਆ ਜ਼ਮੀਨ ਅਕਵਾਇਰ ਨਾ ਕੀਤੀ ਜਾਵੇ। ਅਤੇ ਅਸੀਂ ਪੰਜਾਬ ਦੀ ਗੱਲ ਨਹੀਂ ਕਰਦੇ, ਅਸੀਂ ਕਹਿੰਦੇ ਸਾਰੇ ਦੇਸ਼ ਨੂੰ ਨਸ਼ਾ ਮੁਕਤ ਜਿਹੜਾ ਬਣਾਇਆ ਜਾਵੇ, ਬੇਰੁਜ਼ਗਾਰੀ ਜਿਹੜੀ ਖਤਮ ਕੀਤੀ ਜਾਵੇ, ਅਤੇ ਜਿਹੜਾ ਨਰੇਗਾ ਸਕੀਮ ਦੇ ਤਹਿਤ 200 ਦਿਨ ਦਾ ਜਿਹੜਾ ਮਹਿੰਗਾਈ ਭੱਤਾ ਜਿਹੜਾ ਵਾ ਸਾਰੇ ਮਜ਼ਦੂਰਾਂ ਨੂੰ ਜਿਹੜਾ ਉਹ ਦਿੱਤਾ ਜਾਵੇ। ਅਤੇ ਨੌਜਵਾਨੀ ਜਿਹੜੀ ਕੁਝ ਵਾ ਉਹ ਬਾਹਰਲੇ ਦੇਸ਼ਾਂ ਵਿੱਚ ਚਲ ਗਈ ਆ, ਜਿਹੜੀ ਇੱਥੇ ਬਚੀ ਆ ਉਹ ਨਸ਼ੇ ਦੇ ਨਾਲ ਉਹ ਗੈਂਗਸਟਰਾਂ ਦਾ ਰਾਰ ਲਾ ਕੇ ਬਰਬਾਦ ਕਰ ਦਿੱਤੀ ਆ। ਪੜ੍ਹੇ ਲਿਖੇ ਨੌਜਵਾਨ ਜਿਹੜੇ ਆ ਉਹ ਗੋਲੀਆਂ ਚੁੱਕਣ ਨੂੰ ਗੈਂਗਸਟਰ ਬਣਨ ਨੂੰ ਮਜਬੂਰ ਹੋ ਗਿਆ, ਜਿੱਥੇ ਨੌਜਵਾਨਾਂ ਨੂੰ ਝੂਠੇ ਜਿਹੜੇ ਪਰਚੇ ਆਪਣੇ ਲੈ ਕੇ ਕਬਜ਼ੇ ਪਲਾਟਾਂ ਦੇ ਪੈਲੀਆਂ ਦੇ ਜਦੋਂ ਪਰਚੇ ਹੋ ਜਾਂਦੇ ਆ ਤਾਂ ਫਿਰ ਇਹ ਮੰਤਰੀ ਜਿਹੜੇ ਪਿੱਛੇ ਹੋ ਜਾਂਦੇ ਆ, ਉਹ ਲੋਕ ਫਿਰ ਗੈਂਗਸਟਰਾਂ ਨਾਲ ਜਿਹੜੇ ਉਹ ਵੱਧਦੇ ਆ। ਅਸੀਂ ਕਹਿੰਦੇ ਵੀ ਸਾਰਾ ਸਿਸਟਮ ਜਿਹੜਾ ਉਹ ਠੀਕ ਕੀਤਾ ਜਾਵੇ। ਸਾਡਾ ਸੰਘਰਸ਼ 2 ਜਿਹੜਾ ਵਾ ਸ਼ੰਭੂ ਬਾਰਡਰ 'ਤੇ ਇਹਨਾਂ ਮੰਗਾਂ ਨੂੰ ਲੈ ਕੇ ਚੱਲ ਰਿਹਾ, ਅੱਜ ਵੀ ਪ੍ਰੋਟੈਸਟ ਜਿਹੜਾ ਵਾ ਉਸੇ ਸੰਬੰਧ ਵਿੱਚ ਆ, ਫੌਜਦਾਰੀ ਕਾਨੂੰਨ ਵਾਪਸ ਲਏ ਜਾਣ, ਉਹਨਾਂ 6 ਅਧਿਕਾਰੀਆਂ 'ਤੇ ਜਿਹੜੀ ਪੰਜਾਬ ਸਰਕਾਰ ਨੇ 0 FIR ਕੀਤੀ ਆ, ਉਹਨਾਂ 6 ਅਧਿਕਾਰੀਆਂ 'ਤੇ
ਜੀਰੋ ਐਫ ਆਈ ਆਰ ਦੇ ਵਿੱਚ ਦਰਜ ਕਰਕੇ ਨਾ ਉਹਨਾਂ 'ਤੇ ਧਾਰਾ 307 ਅਤੇ 302 ਜਿਹੜੀ ਲਾ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸ਼ੁਭ ਕਰਨ ਦੇ ਕੇਸ ਵਿੱਚ ਡੱਕਿਆ ਜਾਵੇ। ਦੂਜੇ ਅਧਿਕਾਰੀ ਜਿਹੜੇ ਕਸੂਰਵਾਰ ਆ ਉਹਨਾਂ ਨੂੰ ਵੀ ਅੰਦਰ ਡੱਕਿਆ ਜਾਵੇ। ਜਿਹੜੇ ਕਿਸਾਨ ਜਿਹੜੇ 40 ਜਿਹੜੇ ਆ ਉਹ ਜਿਹੜੇ ਜ਼ਖਮੀ ਕੀਤੇ ਆ, ਸਾਡੀ ਮਸ਼ੀਨਰੀ ਦਾ ਬਹੁਤ ਜ਼ਿਆਦਾ ਉੱਥੇ ਨੁਕਸਾਨ ਕੀਤਾ, ਉਹਦੀ ਭਰਵਾਈ ਜਿਹੜੀ ਆ ਉਹ ਕੀਤੀ ਜਾਵੇ। ਸੋ ਅੱਜ ਦੇ ਮਾਨਯੋਗ ਅਦਾਲਤ ਨੇ ਉਹ ਇੱਕ ਸਾਈਡ ਖੋਲਣ ਵਾਸਤੇ ਉਹ ਰੋਡ ਨੂੰ ਗਵਰਨਮੈਂਟ ਨੂੰ ਕਹਿ ਦਿੱਤਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਵੇਖੋ ਜੀ, ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਉਹ ਕਹਿੰਦੇ ਵੀ ਜਿਹੜੀ ਆ ਜਿਹੜੀਆਂ ਉਹਦੀਆਂ ਟਰਾਲੀਆਂ ਉਹਨਾਂ ਵਿੱਚ ਹਥਿਆਰਾਂ ਨਾਲ ਲੈਸ ਹੋ ਗਏ ਆਏ ਆ। ਸਾਡੀਆਂ ਟਰਾਲੀਆਂ ਦੇ ਵਿੱਚ ਰਾਸ਼ਨ, ਸਾਡੀਆਂ ਟਰਾਲੀਆਂ ਵਿੱਚ ਸਿਲੰਡਰ ਖਾਣਾ ਬਣਾਉਣ ਵਾਸਤੇ ਅਤੇ ਟਰੈਕਟਰ ਸਧਾਰਨ, ਆਹ ਲੋਕਾਂ ਨੇ ਵੇਖੋ ਖਾਦ ਵਾਲੀਆਂ ਬੋਰੀਆਂ ਜਿਹੜੀਆਂ ਵਾ ਉਹਨਾਂ ਦੀਆਂ ਛਤਰੀਆਂ ਬਣਾ ਬਣਾ ਉੱਤੇ ਟਰੈਕਟਰਾਂ ਦੇ ਪਾਈਆਂ। ਅਸੀਂ ਕੋਈ ਵਾਧੂ ਆਧੁਨਿਕ ਸਮਾਨ ਜਿਹੜਾ ਉਹ ਨਹੀਂ ਲਾਇਆ ਗਿਆ। ਇਹ ਸਰਕਾਰ ਕਹਿੰਦੀ ਆ ਕਿ ਇਹਨਾਂ ਨੂੰ ਟੈਂਕ ਬਣਾ ਕੇ, ਉਹਨਾਂ ਨੂੰ ਟੈਂਕ ਦੇਖਦੇ ਸਾਡੇ ਟਰੈਕਟਰ। ਉਹਨਾਂ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਆਰਡਰ ਨਹੀਂ ਮੰਨ ਰਹੀ ਹੈ ਸਰਕਾਰ। ਇਹ ਲੋਕਤੰਤਰ ਦਾ ਘਾਣ ਹੋ ਰਿਹਾ ਕਿ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਕਿਹਾ ਹੋਵੇ ਕਿ ਜਿਹੜਾ ਵਾ ਇੱਕ ਹਫ਼ਤੇ ਦੇ ਵਿੱਚ ਖੁੱਲ੍ਹਣਾ ਹੋਵੇ, ਉਹ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਕਾਨੂੰਨ ਦੀ ਉਲੰਘਣਾ ਕਰਕੇ ਇਹਨਾਂ ਨੇ ਫਿਰ ਅਜੇ ਤੱਕ ਜਿਹੜਾ ਉਹ ਨਹੀਂ ਖੋਲ੍ਹਿਆ। ਅਜੇ ਤੱਕ ਵੀ ਉਹ ਕਹਿ ਰਹੇ ਕਿ ਅਸੀਂ ਸਕੂਟਰੀਆਂ ਵਾਸਤੇ ਜਿਹੜਾ ਥੋੜ੍ਹਾ ਜਿਹਾ ਸਾਈਕਲਾਂ ਵਾਸਤੇ ਰਾਹ ਖੋਲ੍ਹਦੇ ਹਾਂ, ਮੁੜ ਕੇ ਹੌਲੀ ਹੌਲੀ ਜਿਹੜਾ ਵਾ ਕਾਰਾਂ ਵਾਸਤੇ ਖੋਲ੍ਹਾਂਗੇ। ਅਤੇ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਕਹਿੰਦੇ ਵੀ ਇਹ ਰੋਡ 'ਤੇ ਨਹੀਂ ਚੱਲ ਸਕਦੀਆਂ ਅਤੇ ਨਾ ਜੇ ਸੀ ਪੀ ਚੱਲ ਸਕਦੀ ਕਾਨੂੰਨ ਮੁਤਾਬਕ। ਅਸੀਂ ਕਹਿੰਦੇ ਵੀ ਸਾਰਾ ਕੁਝ ਕਾਨੂੰਨ ਮੁਤਾਬਕ ਹੀ ਕੀਤਾ। ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜੀ ਹਰਿਆਣਾ ਸਰਕਾਰ ਵਾ ਉਹਨੂੰ ਸ਼ਾਬਾਸ਼ ਮਿਲੀ ਆ ਮੋਦੀ ਸਰਕਾਰ ਵੱਲੋਂ, ਅਤੇ ਉਹਨਾਂ ਨੇ ਸਾਡਾ ਰਾਹ ਰੋਕਿਆ। ਪਰ ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਸਾਡਾ ਦਿੱਲੀ ਜਾਣ ਦਾ ਤੂੰ ਰਾਹ ਰੋਕਿਆ, ਅਸੀਂ ਤੇਰਾ ਸਿਆਸੀ ਰਾਹ ਰੋਕ ਕੇ ਅਤੇ ਤੈਨੂੰ ਦੱਸ ਦਿੱਤਾ ਵਾ ਅਸੀਂ ਕਿ ਕਿਸਾਨਾਂ ਦੇ ਮਜ਼ਦੂਰਾਂ ਦੀ ਤਾਕਤ ਕੀ ਆ। ਪੰਜਾਬ ਦੇ ਵਿੱਚੋਂ ਕੋਈ ਸੀਟ ਬੀਜੇਪੀ ਦੀ ਨਹੀਂ ਮਿਲੀ, ਅਤੇ ਜਿਹੜੀ ਆ ਹਰਿਆਣਾ ਸਟੇਟ ਆ ਉਹਦੇ ਵਿੱਚ ਸਾਰੀਆਂ 'ਤੇ ਕਬਜ਼ਾ ਕਰਨਾ ਸੀ ਉਹਨਾਂ ਨੇ। ਜੇ ਅੰਦੋਲਨ 2 ਨਾ ਚੱਲਦਾ ਤਾਂ 5 'ਤੇ ਨਿਰਭਰ ਰਹਿ ਗਿਆ। ਇਸੇ ਤਰ੍ਹਾਂ ਹੀ 34 ਸੀਟਾਂ ਜਿਹੜੀਆਂ ਵਾ ਯੂਪੀ 'ਚੋਂ ਮਿਲੀਆਂ ਵਾ, ਰਾਜਸਥਾਨ 'ਚੋਂ ਵੀ ਜਿਹੜੀਆਂ ਉਹ ਕੁਝ ਘੱਟ ਗਿਣਤੀ ਵਿੱਚ ਸੀਟਾਂ ਲੈ ਕੇ ਤਾਂ ਉਹਨੂੰ ਗੁਜ਼ਾਰਾ ਕਰਨਾ ਪਿਆ। ਜਿਹੜੀ ਆ ਲੰਗੜੀ ਬੋਲੀ ਜਿਹੜੀ ਸਰਕਾਰ ਬਣੀ ਐਰਕਾ ਮੋਦੀ ਦੀ, ਇੱਕ ਸਾਂਝਾ ਸਾਈਕਲ 2 ਭਰਾ ਲੈ ਲੈਣ ਅਤੇ ਉਹ ਪਿਆਲੀ ਨਹੀਂ ਨਿਭਦੀ ਹੁੰਦੀ, ਪਰ ਇਹ ਸਰਕਾਰ ਬਹੁਤਾ ਚਿਰ ਚੱਲਣ ਵਾਲੀ ਨਹੀਂ ਆ। ਥੋੜ੍ਹੇ ਦਿਨਾਂ ਤੱਕ ਹੀ ਇਹ ਜਿਹੜੇ ਆ ਨਿਤੀਸ਼ ਕੁਮਾਰ ਅਤੇ ਚੰਦਰ ਬਾਬੂ ਨਾਇਡੂ ਆ ਕਿਸੇ ਨਾ ਕਿਸੇ ਗੱਲ ਤੋਂ ਰੁੱਸਣਗੇ। ਅਜੇ ਤੱਕ ਉਹਨਾਂ ਨੂੰ ਜਿਹੜਾ ਆ ਹੁਣ ਬਜਟ ਪੇਸ਼ ਹੋਇਆ ਵਾ, ਬਜਟ ਦੇ ਵਿੱਚ ਬਹੁਤ ਜ਼ਿਆਦਾ ਵਿਤਕਰਾ ਕੀਤਾ ਗਿਆ ਪੰਜਾਬ ਦੇ ਨਾਲ। ਉਹਨਾਂ ਨੂੰ ਵੱਡੇ ਗੱਫੇ ਜਿਹੜੇ ਆ ਦਿੱਤੇ ਗਏ ਉਹਨਾਂ ਦੇ ਵਿਕਾਸ ਵਾਸਤੇ, ਉਹਨਾਂ ਦੇ ਜਿਹੜੇ ਆਵਾਜਾ ਜਿਹੜਾ ਇਹਨਾਂ ਦਾ ਵਿਕਾਸ ਕਰਨਾ ਹੈਗਾ, ਜਿਹੜੇ ਉਹਨਾਂ ਨੂੰ ਪ੍ਰੋਜੈਕਟ ਦਿੱਤੇ ਗਏ ਆ ਹਰਿਆਣਾ ਅਤੇ ਚੰਦਰ ਬਾਬੂ ਨਾਇਡੂ ਸਟੇਟ ਨੂੰ, ਅਤੇ ਉਹ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਵਿਤਕਰਾ ਕੀਤਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਸਾਡੇ ਉਲਟ ਜਿਹੜੇ ਉਹ ਲੜਦੇ ਆ। ਅਤੇ ਇੱਥੋਂ ਤੱਕ ਵੀ ਸਾਨੂੰ ਕਿਹਾ ਜਾਂਦਾ ਕਿ ਹਰਿਆਣਾ ਅਤੇ ਪੰਜਾਬ ਦੇ ਜਿਹੜੇ ਮੰਗ ਮਸਲੇ ਹੱਲ ਕਰਦੇ ਨੇ ਤੁਸੀਂ ਉੱਠ ਕੇ ਚੱਲ ਜਾਓ। ਅਸੀਂ ਜਿਹੜਾ ਵਾ ਦੇਸ਼ ਵਿਆਪੀ ਅੰਦੋਲਨ ਜਿਹੜਾ ਚਲਾ ਕੇ ਬੈਠੇ ਹਾਂ, ਮਾਨਵਤਾ ਦੀ ਸੇਵਾ ਕਰਨੇ ਆ। ਜਿੱਥੇ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਸਰਬੱਤ ਦਾ ਭਲਾ ਕਰਿਓ, ਉੱਥੇ ਫਿਰ ਸਰਬੱਤ ਦਾ ਭਲਾ ਕਰਨ ਵਾਸਤੇ ਤੁਰੇ ਹਾਂ। ਇਹ ਅੰਦੋਲਨ ਇਹ ਮੋਦੀ ਸਰਕਾਰ ਜੇ ਚਾਹੁੰਦੀ ਆ ਹੁਣ ਹੱਲ ਕਰਨਾ ਤਾਂ ਕਰ ਦੇਵੇ, ਜੇ 29 ਸਾਲ ਤੱਕ ਵਿਧਾਨ ਸਭਾ ਦੀਆਂ ਚੋਣਾਂ ਤੱਕ ਵੀ ਸਾਨੂੰ ਉੱਥੇ ਲਾਉਣਾ ਪਊ। ਅਸੀਂ ਵਾਰੀਆਂ ਬੰਨ ਲਈਆਂ ਵਾ 60 ਦਿਨ ਪੰਜਾਬ ਦੇ ਵਿੱਚ ਅਤੇ 20 ਦਿਨ ਸ਼ੰਭੂ ਵੱਟ 'ਤੇ ਵਾਰੀ ਲਾ ਕੇ ਅੰਦੋਲਨ ਚੜ੍ਹਦੀ ਕਲਾ ਨਾਲ ਚਲਾਵਾਂਗੇ। ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਖਾਲੀ ਪੀਪੇ ਨਿਕਲ ਗਏ ਇਹਨਾਂ ਦੇ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ। ਕੀ ਨਾਮ? ਮੇਰਾ ਨਾਮ ਪਿੰਡ ਤੁਜਾਰੀ, ਮੇਰਾ ਨਾਮ ਗੁਰਮਨ ਸਿੰਘ, ਬਲਾਕ ਕਾਨੂੰਨ ਦਾ ਪ੍ਰਧਾਨ। ਅੱਜ ਗੁਰਦਾਸਪੁਰ ਆਏ, ਕੀ ਤੁਹਾਡਾ ਮਸਲਾ ਜੀ? ਗੁਰਦਾਸਪੁਰ ਆਇਆ ਅੱਜ ਝੂਠੀ ਜਾਤੀ ਮਨਾਉਂਦੇ ਆ, ਝੂਠੀ ਜਾਤੀ ਮਨਾਉਂਦੇ ਉਹਦੇ ਵਿਰੋਧ 'ਚ
ਝੂਠੀਆਂ ਗੱਲਾਂ ਝੂਠੇ ਵਿਆਹੇ ਉਹਦੇ ਵਿਰੋਧ ਆਇਆ। ਜੋ ਹੈਗਾ ਇਹਨਾਂ ਦਾ ਹਰ ਹੀ ਕੰਮ ਝੂਠਾ, ਜੋ ਗਰੰਟੀ ਵੀ ਝੂਠੀ, ਜੋ ਕੁਝ ਝੂਠਾ ਮੁਕਰ ਜਾਂਦੇ ਆ। ਬਾਕੀ ਜਿਹੜਾ ਰਸਤਾ ਖੁੱਲ੍ਹਣ ਦੀ ਗੱਲ ਕਰਦੇ ਸੀ, ਰਸਤਾ ਉਹ ਅਸੀਂ ਕਿਸਾਨਾਂ 'ਤੇ ਡੱਕਿਆ ਹੀ ਨਹੀਂ। ਰਸਤਾ ਦੀ ਸਰਕਾਰ ਨੇ ਆਪ ਕੰਧਾਂ ਕੱਢੀਆਂ, ਹਰਿਆਣਾ ਸਰਕਾਰ ਨੇ ਉਹਨਾਂ ਆਪ ਡੱਕਿਆ। ਇਹਦੇ ਸਾਡੇ ਵਿੱਚ ਉੱਥੇ ਕੋਈ ਰੁਕਾਵਟ ਨਹੀਂ ਗੀ। ਅਸੀਂ ਇੱਕ ਸਾਈਡ 'ਤੇ ਆ, ਉਹ ਉਹਦੇ ਵਿੱਚ ਵਿਰੋਧ ਕਰਦੇ ਆ, ਅਸੀਂ ਉਹਦਾ ਵਿਰੋਧ ਕਰਦੇ ਹਾਂ ਸਰਕਾਰ ਦਾ। ਸਰਕਾਰ ਜਿਹੜੀ ਆ ਉਹ ਨਕੰਮੀ ਆ। ਬਾਕੀ ਸਰਕਾਰ ਦਾ ਮਤਲਬ